ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਨੂੰ ਇੱਕ ਵਾਰ ਫਿਰ ਵੱਡੀ ਰਾਹਤ ਦੇਣ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਪਟਿਆਲੇ ਵਿੱਚ ਕਿਸਾਨ ਕਰਜ਼ਾ ਮਾਫੀ ਦੀ ਦੂਜੀ ਮੀਟਿੰਗ ਰੱਖ ਰਹੇ ਹਾਂ ਤੇ ਜਿਸ ਵਿੱਚ ਕਿਸਾਨਾਂ ਨੂੰ 1771 ਕਰੋੜ ਦੇ ਚੈੱਕ ਵੰਡੇ ਜਾਣਗੇ। ਹੋਰ ਕੀ ਕਹਿੰਦੇ ਹਨ ਕੈਪਟਨ ਅਮਰਿੰਦਰ ਸਿੰਘ, ਆਓ ਸੁਣਦੇ ਹਾਂ। ਕੱਲ ਨੂੰ ਪਟਿਆਲੇ ਅਸੀਂ ਕਰਜ਼ਾ ਮੁਕਤੀ ਦਾ ਦੂਸਰੀ ਮੀਟਿੰਗ ਅਸੀਂ ਰੱਖੀ ਹੋਈ ਹੈ। ਪਹਿਲੇ ਕਰਜ਼ੇ ਦੀ ਜਿਹੜੀ ਮਾਫੀ ਅਸੀਂ ਕੀਤੀ ਸੀ ਉਹ 1851 ਕਰੋੜ, ਜਿਹਦੇ 3,17,000 ਕਿਸਾਨਾਂ ਨੂੰ ਅਸੀਂ ਉਹਨਾਂ ਦੇ ਕੋਆਪਰੇਟਿਵ ਬੈਂਕਾਂ ਦੇ ਕਰਜ਼ੇ ਖਤਮ ਕੀਤੇ ਸੀ। ਔਰ ਦੂਸਰਾ ਅਸੀਂ ਹੁਣ ਜਿਹੜਾ ਕੱਲ੍ਹ ਨੂੰ ਕਰਨ ਲੱਗੇ ਹਾਂ 1771 ਕਰੋੜ, ਜਿਹਦੇ 'ਚ 1,09,730 ਕਿਸਾਨਾਂ ਨੂੰ ਅਸੀਂ ਜਿਹੜੇ ਕਮਰਸ਼ਲ ਬੈਂਕਾਂ ਤੋਂ ਉਹਨਾਂ ਨੇ ਕਰਜ਼ਾ ਲਿੱਤਾ ਹੋਇਆ ਉਹਦੇ ਵਾਸਤੇ ਉਹਨਾਂ ਦੀ ਮਦਦ ਲਈ ਅਸੀਂ ਚੈੱਕ ਦੇ ਉਹਨਾਂ ਦੇ ਪੈਸੇ ਦੇਵਾਂਗੇ। ਅਤੇ ਮੈਂ ਆਸ ਕਰਦਾ ਕਿ ਇਸੇ ਤਰੀਕੇ ਨਾਲ ਅਸੀਂ ਚੱਲਦੇ ਰਹੀਏ ਤਾਂ ਕਿ ਜੋ ਸਾਡੀ ਕਿਸਾਨੀ ਇਸ ਵੇਲੇ ਕਰਜ਼ਿਆਂ ਡੁੱਬੀ ਹੋਈ ਹੈ ਉਹਦੇ ਵਿੱਚ ਆਹਿਸਤਾ ਆਹਿਸਤਾ ਉਹਨਾਂ ਨੂੰ ਉੱਥੇ ਸੁਧਾਰ ਆਵੇ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।